लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। ਜਦੋਂ ਵੋਟ ਲੈਣੀ ਹੁੰਦੀ ਆ ਉਹ ਤੁਹਾਡੇ ਘਰਾਂ ਤੱਕ ਮੈਂ ਦੇਖਦਾ ਸਾਨੂੰ ਇਹ 500 ਸਾਲ ਵੇਹਦੇ ਨੇ ਅਸੀਂ ਕਿੱਥੇ ਵੱਸਦੇ ਹਾਂ 500 ਸਾਲ ਸਾਡੇ ਕੋਲ ਆ ਜਾਂਦੇ ਆ ਸਾਨੂੰ ਵੋਟ ਦੇ ਦਿਓ ਜੀ ਨੇ ਸਾਰੇ ਨੇਤਾ ਇਹ ਵਿੱਚ ਪੈਸੇ ਪੂਸੇ ਸਭ ਖਾ ਜਾਂਦੇ ਨੇ ਕੋਈ ਮਤਲਬ ਪਹੁੰਚਾਉਂਦਾ ਹੀ ਨਹੀਂ ਹੈਗਾ ਜਨਤਾ ਤੱਕ। ਹੁਣ ਸੜਕਾਂ ਨੇ ਸਾਰੇ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਹਾਂ ਮੋਗੇ ਦੇ ਸੜਕਾਂ ਜਾ ਕੇ ਵੇਖੋ ਅਕਾਲ ਸਰੋਵਰ ਟੁੱਟੀ ਪਈ ਹੈ। ਮੇਰੀ ਵੋਟ ਤਾਂ ਨੋਟੇ ਨੂੰ ਆ ਕਿਸੇ ਨੂੰ ਮੇਰੀ ਵੋਟ ਨਹੀਂ ਗੀ ਆਪਾਂ ਨੋਟਾ ਦੱਪਾਂਗੇ ਜੀ ਹੋਰ ਕਿਸੇ ਨੂੰ ਨਹੀਂ ਪਾਉਣੀ ਨੋਟ ਦੱਪਾਂਗੇ ਬਿਲਕੁਲ ਨੋਟਾ ਦੱਪਾਂਗੇ। ਤੁਹਾਨੂੰ ਕੋਈ ਸਰਕਾਰ ਨੂੰ ਚੰਗੀ ਲੱਗਦੀ ਨਾ ਪ੍ਰਾਈਵੇਟ ਟਾਈਮ ਨਾ ਪਾਸਟ ਵਾਲੀ ਕੋਈ ਨਹੀਂ ਹੈ। ਪੰਜਾਬ 'ਚ ਲੋਕ ਸਭਾ ਚੋਣਾਂ ਦਾ ਮੌਸਮ ਚੱਲ ਰਿਹਾ ਇਸ ਨੂੰ ਲੈ ਕੇ ਸਿਆਸੀ ਲੀਡਰ ਵੀ ਪੱਪਾਂ ਪਾਰ ਹੋਏ ਪਏ ਨੇ ਤੇ ਵਿਰੋਧੀਆਂ ਦੇ ਨਿਸ਼ਾਨੇ ਸਾਧਦੇ ਹੋਏ ਬਿਜਲੀ ਵਾਂਗ ਕੜਕਦੇ ਨਜ਼ਰ ਆ ਰਹੇ ਨੇ। ਲੀਡਰਾਂ ਬਾਰੇ ਲੋਕਾਂ ਦੇ ਕੀ ਨੇ ਵਿਚਾਰ, ਲੋਕ ਕਿਹੜੀ ਸਰਕਾਰ ਚਾਹੁੰਦੇ ਨੇ, ਕਿਸ ਲੀਡਰ ਨੂੰ ਸਭ ਤੋਂ ਵੱਡਾ ਗੱਪੀ ਮੰਨਿਆ ਜਾਂਦਾ ਹੈ, ਕਿਸ ਲੀਡਰ ਤੇ ਲੋਕਾਂ ਨੂੰ ਹੈ ਮਾਣ, ਇਹਨਾਂ ਸਭ ਸਵਾਲਾਂ ਦੇ ਜਵਾਬ ਲੈਣ ਲਈ ਸਾਡੇ ਕੋਟਕਪੁਰਾ ਤੋਂ ਪੱਤਰਕਾਰ ਸੁਨੀਲ ਜਿੰਦਲ ਨੌਜਵਾਨ ਪੀੜ੍ਹੀ ਨਾਲ ਕਰ ਰਹੇ ਨੇ ਖਾਸ ਗੱਲਬਾਤ। ਆਓ ਜਾਣਦੇ ਹਾਂ ਲੋਕਾਂ ਦੇ ਵਿਚਾਰ। ਕਿਹੜੀ ਸਰਕਾਰ ਚੰਗੀ ਹੈ? ਇਲੈਕਸ਼ਨ ਲੈ ਗਈ ਕੋਈ ਸਰਕਾਰ ਨਹੀਂ ਚੰਗੀ, ਸਾਰੇ ਦੇ ਸਾਰੇ ਚੋਰ ਆ, ਠੀਕ ਹੈ ਨਾ, ਕੋਈ ਵੀ ਕੰਮ ਨਹੀਂ ਕਰ ਰਿਹਾ ਜਦੋਂ 5 ਸਾਲਾਂ ਬਾਅਦ ਮੂੰਹ ਵਿਖਾਉਂਦੇ ਆ ਇਹ। ਮੇਰੇ ਖਿਆਲ ਨਾਲ ਤਾਂ ਪੰਜਾਬ ਦੀ ਸਾਰੇ ਲੀਡਰ ਆ ਜਿਹੜੇ ਸਾਰੇ ਗੱਪੀ ਆ, ਗੱਪ ਹੀ ਮਾਰਦੇ ਸਾਰੇ। ਦੇਖੋ ਮੁੱਖ ਮੰਤਰੀ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਅਸੀਂ ਇੱਕ ਹਫ਼ਤੇ 'ਚ ਨਸ਼ਾ ਬੰਦ ਕਰਾਂਗੇ, ਕਿੱਥੇ ਨਸ਼ਾ ਬੰਦ ਹੋਇਆ, ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ, ਕਿਸ ਕਿਹਨੂੰ ਮਿਲੀ ਨੌਕਰੀ, ਇੱਕ ਇੱਥੇ ਜੇ ਕੋਈ ਵੇਟਰ ਰੱਖਣਾ ਆਓ ਅਸੀਂ ਤੁਹਾਨੂੰ ਨੌਕਰੀ ਦਿੰਦੇ ਹਾਂ, ਇਹੋ ਜਿਹੀਆਂ ਤਾਂ ਨੌਕਰੀਆਂ ਦਿੰਦੇ ਆ ਪੰਜਾਬ ਸਰਕਾਰ, ਤੁਹਾਨੂੰ ਪਤਾ ਹੀ ਹੈ। ਕੋਈ ਨਹੀਂ ਚੰਗਾ ਬਈ, ਸਾਰੇ ਇੱਕੋ ਜਿਹੇ ਹੀ ਆ, ਗੱਪੀ ਹੈ ਸਾਰੇ ਸਿਰੇ ਦੇ। 5 ਸਾਲਾਂ ਬਾਅਦ ਆਉਂਦੇ ਆ, ਵੱਡੇ ਵੱਡੇ ਵਾਅਦੇ ਕਰਕੇ ਜਾ ਵੜਦੇ ਆ, ਕੰਮ ਕੋਈ ਨਹੀਂ ਕਰਕੇ ਰਾਜੀ। ਹਾਂ, ਸਾਰੇ ਬਸ ਮੌਕੇ ਦੇ ਸਰੋਪੇ ਪਾ ਕੇ ਬੋਲੇ ਸੋਹਣਿਆਂ ਨਾਲ ਬੁਲਾ ਜਾਂਦਾ ਹਰ ਕੋਈ, ਕੰਮ ਕਿਸੇ ਨੇ ਨਹੀਂ ਕੀਤਾ ਬਈ, ਸਰਕਾਰਾਂ ਸਾਰੀਆਂ ਝੂਠੀਆਂ। ਇਹਨਾਂ ਵੀ ਕੈਪਟਨ ਦਾ ਮੋਬਾਈਲ ਨਹੀਂ ਮਿਲਿਆ, ਬੇਰੁਜ਼ਗਾਰੀ ਭੱਤਾ ਨਹੀਂ ਮਿਲਿਆ, ਕੋਈ ਨੌਕਰੀ ਨਹੀਂ ਮਿਲੀ, ਮੋਦੀ ਕਹਿੰਦਾ ਤੁਸੀਂ ਪਕੌੜੇ ਕੱਢਣ ਲੱਗ ਜਾਓ, ਇਹੋ ਜਿਹੇ ਕੰਮ ਉਹ ਸਾਨੂੰ ਨੌਜਵਾਨਾਂ ਨੂੰ ਕਹਿ ਰਿਹਾ, ਮੋਦੀ ਦੇ ਅੱਛੇ ਦਿਨ ਨਹੀਂ ਆਏ। ਠੀਕ ਹੈ, ਉਦੋਂ ਹੁਣ ਰਾਹੁਲ ਗਾਂਧੀ ਵਾਅਦੇ ਕਰੀ ਜਾਂਦਾ ਮੈਂ 72,000 ਸਾਲ ਦਾ ਦੇਊਂਗਾ, ਇਹ ਸਾਰੇ ਅਸਮਾਨੀ ਚੜ੍ਹਾਈ ਤੁਰੇ ਆਉਂਦੇ ਆ, ਬੰਦੇ ਨੂੰ ਕਰਦਾ ਕੋਈ ਕੁਛ ਨਹੀਂ, ਕਰਨਗੇ ਕਿਵੇਂ, ਨਾ ਐਂ ਦੱਸਦੇ ਆ ਅਤੇ ਨਾ ਹੀ ਕੁਛ ਇਹਨਾਂ ਨੇ ਕਰਕੇ ਵਿਖਾਇਆ। ਉਹ ਸਾਰੇ ਗੱਪੀ ਹੋਈ ਆ, ਸੱਚ ਕੌਣ ਬੋਲਦਾ? ਕੈਪਟਨ ਨੇ ਕਿਹਾ ਮੈਂ ਸਮਾਰਟਫੋਨ ਦਊਂ, ਮੈਂ ਨੌਕਰੀ ਦਊਂ, ਦਿੱਤੀ ਨੌਕਰੀ, ਕਿੱਥੇ ਆ ਪੰਜਾਬ 'ਚ ਨੌਕਰੀਆਂ, ਕਿੱਥੇ ਸਮਾਰਟਫੋਨ, ਕੁਛ ਨਹੀਂ ਹੈਗਾ, ਚੇਂਜ ਦੇ ਸਿਸਟਮ 'ਚ ਕਦੇ ਵੀ ਨਹੀਂ ਹੋਣਾ, ਇਹਨਾਂ ਨੇ ਇੱਕ ਨੇ ਆਉਣਾ ਇੱਕ ਨੇ ਜਾਣਾ, ਰਾਜ ਆਪਦਾ ਕਰਕੇ ਚੱਲ ਜਾਣਾ, ਆਪਣੇ ਕੁਛ ਨਹੀਂ ਦੇਣਾ ਨਾ ਆਮ ਲੋਕਾਂ ਨੂੰ। ਉਹ ਵੋਟ ਆ ਨਾ, ਜਦੋਂ ਵੋਟ ਲੈਣੀ ਹੁੰਦੀ ਆ ਉਹ ਤੁਹਾਡੇ ਘਰਾਂ 'ਚ ਕਿਵੇਂ ਦੇਖਦੇ ਸਾਨੂੰ ਇਹ, 500 ਸਾਲ ਵੇਹਦੇ ਨੇ ਅਸੀਂ ਕਿੱਥੇ ਵੱਸਦੇ ਹਾਂ, 500 ਸਾਲ ਸਾਡੇ ਕੋਲ ਆ ਜਾਂਦੇ ਆ, ਸਾਨੂੰ ਵੋਟ ਦੇ ਦਿਓ ਜੀ, ਉਦੋਂ ਬਾਅਦ 'ਚ ਆਉਂਦੇ 5 ਸਾਲਾਂ ਬਾਅਦ ਉਹ ਸਾਰੀ ਯਾਦ ਹੁੰਦੀ ਆ, ਉਹਨਾਂ ਨੂੰ ਵੋਟ ਲੈਣੀ ਇਹਨਾਂ ਨੇ, ਸਰਕਾਰ ਬਣਾਉਣੀ ਆਪਦੀ, ਆਪਦਾ ਘਰ ਖੜ੍ਹਾ ਕਰਨਾ ਹੁੰਦਾ ਉਦੋਂ ਇਹਨਾਂ ਨੇ, ਸਾਡੇ ਤੋਂ ਕੀ ਲੈਣਾ ਇਹਨਾਂ ਨੇ, ਸਿਰਫ ਵੋਟਾਂ ਲੈਣੀਆਂ, ਉਹ ਵੀ ਉਹੀ ਬਿਨਾਂ ਗੱਲੋਂ ਲੋਕਾਂ ਨੂੰ ਪਛਲਿਆ ਪਛਲਾ ਕੇ। ਵੋਟਾਂ ਨੂੰ ਲੈ ਕੇ ਜਾਂ ਪਿਛਲੀ ਸਰਕਾਰ ਨੂੰ ਜਾਂ ਹੁਣ ਵਾਲੀ ਸਰਕਾਰ ਨੂੰ ਲੈ ਕੇ ਜਿਹੜੀ ਨਵੀਂ ਸਰਕਾਰ ਬਣ ਰਹੀ ਆ, ਤੇ ਕਿਹਨੇ ਕੰਮ ਵਧੀਆ ਕੀਤੇ ਤੇ ਕਿਹੜਾ ਕੰਮ ਵਧੀਆ ਕਰੂਗਾ? ਆਪਾਂ ਨੋਟਾਂ ਦੱਬਾਂਗੇ ਜੀ, ਹੋਰ ਕਿਸੇ ਨੂੰ ਨਹੀਂ ਪਾਉਣੀ, ਨੋਟ ਦੱਬਾਂਗੇ, ਬਿਲਕੁਲ ਨੋਟਾਂ ਦੱਬਾਂਗੇ। ਤੁਹਾਨੂੰ ਕੋਈ ਸਰਕਾਰ ਨੂੰ ਚੰਗੀ ਲੱਗਦੀ ਨਾ ਜੀ? ਨਾ ਪ੍ਰਾਈਵੇਟ ਟਾਈਮ ਨਾ ਪਾਸਟ ਵਾਲੀ ਕੋਈ ਨਹੀਂ ਹੈ। ਕੀ ਕਹਿ ਸਕਦੇ ਹੋ ਕਿਹੜੀ ਸਰਕਾਰ ਵਧੀਆ ਰਹੂਗੀ? ਕੋਈ ਨਹੀਂ ਆਉਣੀ ਚਾਹੀਦੀ ਯਾਰ, ਸਾਰੀਆਂ ਮਾੜੀਆਂ ਹੀ ਆ, ਸਾਰੀਆਂ ਮਾੜੀਆਂ, ਜੱਟਾਂ ਦਾ ਸਾਰੀਆਂ ਰਗੜ ਦਿੰਦੀਆਂ ਸਾਰੇ ਪਾਸੇ, ਹਨਾ ਰਗੜਦੀਆਂ ਨਾ, ਬਿਲਕੁਲ 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 ਸੜੀ ਹੋਈ ਸਰਕਾਰ ਹੈ, ਵੋਟ ਵੀ ਨਹੀਂ ਪਾਉਣਾ, ਜੋਬਸ ਵੀ ਨਹੀਂ ਮਿਲਦੀ, ਇਹਨਾਂ ਪੜ੍ਹ ਕੇ ਵੀ ਕੋਈ ਫਾਇਦਾ ਨਹੀਂ ਹੈਗਾ। ਬਿਲਕੁਲ ਤੁਹਾਡੀ ਸਮੱਸਿਆ ਨਾਲ ਮੈਂ ਸਹਿਮਤ ਹਾਂ, ਪਰ ਤੁਸੀਂ ਬੋਲੋਗੇ ਤੇ ਫਿਰ ਹੀ ਸ਼ਾਇਦ ਤੁਹਾਡੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ। ਨਹੀਂ ਹੋ ਸਕਦੀ, ਬੋਲ ਕੇ ਵੀ ਕੋਈ ਫਾਇਦਾ ਨਹੀਂ ਹੈਗਾ, ਪ੍ਰਾਈਵੇਟ ਇੰਸਟੀਟਿਊਟ ਜੋਬ ਕਰਕੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ, ਮੋਰਓਵਰ ਗਵਰਨਮੈਂਟਸ ਵਾਲੇ ਫਾਇਦਾ ਵੀ ਲੈਂਦੇ ਆ ਤਾਂ ਵੀ ਕੋਈ ਬੈਨੀਫਿਟ ਨਹੀਂ ਹੈਗਾ। ਸਰ ਜਿਹੜਾ ਸਾਨੂੰ ਜੋਬ ਦੇ ਦੇਵੇ, ਹਾਂਜੀ ਜਿਹੜਾ ਸਾਨੂੰ ਜੋਬ ਦੇ ਦੇਵੇ ਉਹ ਨੇਤਾ ਵਧੀਆ ਜਿਹੜਾ ਜੋਬ ਦੇਵੇ ਤੁਹਾਨੂੰ, ਜਿਹੜਾ ਸਾਰੀ ਬੇਰੁਜ਼ਗਾਰੀ ਖਤਮ ਕਰੇ। ਤੁਹਾਨੂੰ ਲੱਗਦਾ ਵੀ ਨੇਤਾ ਜੋਬ ਦੇਣਗੇ? ਅੱਜ ਤੀਕਰ ਤਾਂ ਮਿਲੀ ਨਹੀਂ, ਠੀਕ ਹੈ, ਬਹੁਤ ਜ਼ਿਆਦਾ ਐਫਰਟਸ ਕਰਨੇ ਪਏ ਆ ਹਰੇਕ ਨੂੰ, ਫਿਰ ਵੀ ਬਹੁਤ ਬਾਅਦ 'ਚ ਮਿਲੀ ਹੈ, ਅਤੇ ਹੁਣ ਵੀ ਹੋਪ ਹੈ ਆਉਣਗੇ ਜਿਹੜੇ ਨਵੇਂ ਦੇ ਦੇਣਗੇ। ਚਾਹੇ ਸਾਰੀ ਵਧੀਆ ਹੋਵੇ ਪਰ ਜਿਹੜੇ ਅੱਗੇ ਹੁੰਦੇ ਨੇ, ਹੈ ਨਾ, ਉਹ ਵਿੱਚ ਪੈਸਾ ਖਾਏ ਨੇ, ਚਾਹੇ ਸਰਕਾਰ ਪੈਸਾ ਲਗਾਉਂਦੀ ਹੈ ਬਟ ਅੱਗੇ ਤੱਕ ਲੋਕਾਂ ਤੱਕ ਪਹੁੰਚਦਾ ਹੀ ਨਹੀਂ ਹੈਗਾ, ਫਿਰ ਉਹਦਾ ਫਾਇਦਾ ਕੀ ਆ? ਹੁਣ ਅਸੀਂ ਇੰਨੇ ਪੜ੍ਹੇ ਲਿਖੇ ਕਿ ਜਾਂ ਪ੍ਰਾਈਵੇਟ ਜੋਬ ਕਰੀ ਜਾਂਦੇ ਹਾਂ, ਸਾਰੇ ਮਾਸਟਰ ਡਿਗਰੀ ਪ੍ਰਾਪਤ ਹੈ ਸਾਡੇ ਕੋਲ, ਮਤਲਬ ਕਲੀਅਰ ਹੀ ਨਹੀਂ ਹੁੰਦੇ ਪੇਪਰ, ਪਤਾ ਨਹੀਂ ਹੁਣ ਐਸਸੀ ਸਾਡੀ ਬੀਸੀ ਕੈਟੇਗਰੀ ਹੈ, ਨਾ ਅਸੀਂ ਇੱਧਰਲੀ ਸਾਈਡ ਨਾ ਉੱਧਰਲੀ ਸਾਈਡ ਹੈ, ਸਾਨੂੰ ਗਵਰਨਮੈਂਟ ਜੋਬਸ ਵਾਲੇ ਜਿਹੜੇ ਜ਼ਿਆਦਾ ਬੈਨੀਫਿਟਸ ਲੈ ਰਹੇ ਆ, ਦੇਣਾ ਵੀ ਨਹੀਂ ਚਾਹੁੰਦੇ ਹੈਗੇ, ਅਸੀਂ ਕਹਿੰਦੇ ਵੋਟ ਦਈਏ ਹੀ ਨਾ, ਬਸ ਉਹ ਚੀਜ਼ ਸਾਡੇ ਪ੍ਰਾਈਵੇਟ ਟੀਚਰਸ ਲਈ ਤਾਂ ਕੋਈ ਸਕੋਪ ਹੈ ਹੀ ਨਹੀਂ, ਅੱਛਾ ਕੋਈ ਸਕੋਪ ਨਹੀਂ ਹੈਗਾ ਇਹਨਾਂ ਲਈ। ਇਸੇ ਚੀਜ਼ ਨੂੰ ਲੈ ਕੇ ਮੈਂ
ਤੁਹਾਨੂੰ ਕਹਿ ਰਿਹਾ ਵੀ ਤੁਹਾਨੂੰ ਫਿਰ ਤੁਸੀਂ ਇੰਨਾ ਪੜ੍ਹ ਲਿਖ ਕੇ ਵੀ ਤੁਹਾਨੂੰ ਚੰਗੀ ਜੋਬ ਨਹੀਂ ਮਿਲਦੀ, ਪਰ ਇਹਦਾ ਕਸੂਰਵਾਰ ਕੌਣ ਹੈ? ਸ਼ਿਕਸ਼ਾ ਨੀਤੀ ਕਹਿ ਸਕਦੇ ਹਾਂ ਆਪਾਂ ਇਹਦੇ ਵਿੱਚ, ਜਿਹੜੇ ਵਿੱਚ ਹੁੰਦੇ ਨੇ ਸਾਰੇ ਨੇਤਾ, ਇਹ ਵਿੱਚ ਪੈਸੇ ਪੂਸੇ ਸਭ ਖਾ ਜਾਂਦੇ ਨੇ, ਕੋਈ ਮਤਲਬ ਪਹੁੰਚਾਉਂਦਾ ਹੀ ਨਹੀਂ ਹੈਗਾ ਜਨਤਾ ਤੱਕ। ਹੁਣ ਸੜਕਾਂ ਨੇ ਸਾਰੇ, ਅਸੀਂ ਮੋਗੇ ਤੋਂ ਬਿਲੋਂਗ ਕਰਦੇ ਹਾਂ, ਮੋਗੇ ਦੇ ਸੜਕਾਂ ਜਾ ਕੇ ਵੇਖੋ, ਅਕਾਲ ਸਰੋਵਰ ਟੁੱਟੀ ਪਈ ਹੈ, ਕਿੰਨੇ ਸਾਲ ਹੋ ਗਏ ਨੇ, ਉਹ ਬੰਦ ਹੀ ਨਹੀਂ ਪਈ ਹੈਗੀ। ਸਾਡੇ ਵਾਲੇ ਏਰੀਏ 'ਚ ਕੋਈ MC ਖੜ੍ਹੇ ਹੋ ਜਾਂਦੇ ਨੇ, ਬਾਅਦ 'ਚ ਵੋਟਾਂ ਲੈ ਕੇ ਚਲੇ ਜਾਂਦੇ, ਮੁੜ ਕੇ ਆਉਂਦੇ ਹੀ ਨਹੀਂ ਹੈਗੇ ਦੇਖਣ। ਸਾਰੇ ਹੀ ਆ। ਕੀ ਜਿਹੜੇ ਆਮ ਆਦਮੀ ਪਾਰਟੀ ਉਹ ਵੀ ਇਹਨਾਂ ਵਰਗੇ ਹੀ ਆ? ਉਹ ਵੀ ਸਾਰੇ ਉਹ ਵੀ ਆ ਜੀ, ਸਾਰਾ ਪੈਸਾ ਪੰਜਾਬ ਦਾ ਦਿੱਲੀ 'ਚ ਲੈ ਗਿਆ, ਦਿੱਲੀ 'ਚ ਲਾਇਆ, ਪੰਜਾਬ 'ਚ ਕੋਈ ਰੁਪਈਆ ਨਹੀਂ ਲੱਗਿਆ। ਜਿਹੜੀ ਹੁਣ ਜਿਹੜੀ ਕੀ ਲੱਗਦਾ ਤੁਹਾਨੂੰ ਹੁਣ ਵਾਲੀ ਸਰਕਾਰ ਕਿਹਦੀ ਬਣ ਸਕਦੀ ਆ? ਮੇਰੀ ਵੋਟ ਤਾਂ ਨੋਟੇ ਨੂੰ ਆ, ਕਿਸੇ ਨੂੰ ਮੇਰੀ ਵੋਟ ਨਹੀਂ ਗੀ, ਮੈਂ ਸਿੱਧਾ ਕਹਿੰਦਾ ਵਾ ਕਿ ਮੈਂ ਵੋਟ ਨਹੀਂ ਪਾਉਣੀ ਕਿਸੇ ਨੂੰ, ਕਿਉਂਕਿ ਸਾਰੇ ਭ੍ਰਿਸ਼ਟਾਚਾਰੀ ਆ। ਨੋਟਾਂ ਨੂੰ ਵੋਟ? ਹਾਂਜੀ, ਨੋਟਾਂ ਨੂੰ ਜੀ। ਭ੍ਰਿਸ਼ਟ ਨੇਤਾ ਮੈਨੂੰ ਸਾਰੇ ਭ੍ਰਿਸ਼ਟ ਲੱਗਦੇ ਨੇ, ਬੇਕਾਰ ਨੇਤਾ ਹੈਗਾ ਜਿਹੜਾ ਆਪਣਾ ਕੈਪਟਨ ਉਹੀ ਆ ਝੂਠਾ ਬਾਦਲ। ਤਾਂ ਸਰ ਨਾਲ ਹੁਣ ਤੱਕ ਕਿਹਨੇ ਕੰਮ ਵਧੀਆ ਕੀਤਾ? ਕੰਮ ਤਾਂ ਵਧੀਆ ਫਿਲਹਾਲ ਮੋਦੀ ਸਾਹਿਬ ਨੇ ਇੰਟਰਨੈਟ ਲਿਆ ਕੇ, ਇਸ ਕਰਕੇ ਉਹਨਾਂ ਦੀ ਚੜ੍ਹਾਈ ਹੋ ਗਈ ਆ, ਬਾਕੀ ਤਾਂ ਕੰਮ ਤਾਂ ਸਾਰਿਆਂ ਦੇ ਇੱਕੋ ਹੀ ਹੁੰਦੇ ਆ। ਇਹ ਸਨ ਕੋਟਕਪੁਰਾ ਤੋਂ ਪੱਤਰਕਾਰ ਸੁਨੀਲ ਜਿੰਦਲ, ਜਿਨ੍ਹਾਂ ਨੇ ਲੋਕਾਂ ਦੇ ਵਿਚਾਰ ਜਾਣੇ ਤੇ ਜਨਤਾ ਦੇ ਸਾਹਮਣੇ ਰੱਖੇ। ਲੋਕਾਂ ਦੇ ਵਿਚਾਰ ਤੁਸੀਂ ਵੀ ਸੁਣ ਹੀ ਲਏ ਨੇ, ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਕਿ ਲੋਕ ਕਿਸੇ ਵੀ ਸਰਕਾਰ ਤੋਂ ਖੁਸ਼ ਨਹੀਂ। ਸਭ ਲੋਕਾਂ ਦੇ ਵਿਚਾਰ ਵੱਖੋ ਵੱਖਰੇ ਨੇ, ਕੋਈ ਅਕਾਲੀਆਂ ਦੀ ਸਰਕਾਰ ਨੂੰ ਵਧੀਆ ਸਮਝਦਾ ਹੈ, ਕੋਈ ਕਾਂਗਰਸ ਤੇ ਕੋਈ ਆਪ ਪਾਰਟੀ ਨੂੰ। ਫਿਲਹਾਲ ਜਨਤਾ ਨੇ ਦੋ ਸਰਕਾਰਾਂ ਦੇ ਚਿਹਰੇ ਤਾਂ ਦੇਖੇ ਨੇ, ਇੱਕ ਪਾਰਟੀ ਦਾ ਚਿਹਰਾ ਦੇਖਣਾ ਬਾਕੀ ਹੈ, ਉਹ ਹੈ ਆਪ ਪਾਰਟੀ। ਜੇਕਰ ਆਪ ਦੀ ਸਰਕਾਰ ਆਉਂਦੀ ਹੈ ਤਾਂ ਉਹ ਕੰਮ ਕਰਦੀ ਹੈ ਜਾਂ ਹਵਾ 'ਚ ਤੀਰ ਛੱਡੇਗੀ, ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ। ਤੁਹਾਡੇ ਲੀਡਰਾਂ ਨੂੰ ਲੈ ਕੇ ਕੀ ਨੇ ਵਿਚਾਰ, ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।